पंजाब कांग्रेस कमेटी के दिशा निर्देशों में हलका भोआ के पूर्व विधायक जोगिंदर पाल की अगुवाई में किसानों के समर्थन में ट्रैक्टर मार्च निकाला गया। ट्रैक्टर मार्च बनी लोधी अड्डा सुंदरचक गांव स्थित कांग्रेस कार्यालय से शुरू होकर अलग अलग गांव में होते हुए सरना अड्डा में जाकर समाप्त हुआ। इस मौके पर जोगिंदर पाल ने बताया कि केंद्र की मोदी सरकार द्वारा किसानों की मांगे नहीं मानी जा रही और न ही खेती कानूनों की आड़ में काले कानूनों को रद्द किया जा रहा है, जिसके विरोध में किसानों द्वारा आज ट्रैक्टर मार्च निकालते हुए केंद्र सरकार खिलाफ रोष प्रदर्शन किया गया। ਹਾਂਜੀ ਸਰ, ਪਿਛਲੇ ਦਿਨੀ ਤੁਹਾਡੇ ਲੋਕ ਕੈਂਡਲ ਮਾਰਚ ਵੀ ਕੱਢਿਆ ਗਿਆ ਸੀਗਾ, ਜਿਹੜਾ ਕਿਸਾਨ ਸ਼ੁਭਕਰਨ ਜਿਹੜਾ ਸ਼ਹੀਦ ਹੋਇਆ ਕਹਿ ਸਕਦੇ ਹਾਂ, ਉਹਨੂੰ ਸ਼ਰਧਾਂਜਲੀ ਦਿੱਤੀ ਗਈ। ਅੱਜ ਟਰੈਕਟਰ ਮਾਰਚ ਕੱਢਿਆ ਜਾ ਰਿਹਾ, ਕੀ ਕਹਿਣਾ ਚਾਹੁੰਦੇ ਕਿਸਾਨਾਂ ਦੇ ਹੱਕ 'ਚ? ਜਿਹੜੀ ਤੁਹਾਡੀ ਪਾਰਟੀ ਹੈਗੀ ਆ, ਕੰਧੇ ਨਾਲ ਕੰਧਾ ਖੜਾ ਕੇ ਮੜੀ ਖੜੀ ਹੈ। ਦੇਖੋ ਜੀ, ਸਾਡੇ ਆਲ ਇੰਡੀਆ ਕਾਂਗਰਸ ਪਾਰਟੀ ਦੇ ਅਧਿਆਕਸ਼ ਖੜਗੇ ਸਾਹਿਬ ਔਰ ਪੰਜਾਬ ਦੇ ਸਾਡੇ ਅਧਿਆਕਸ਼ ਰਾਜਾ ਬੜਿੰਗ ਜੀ ਔਰ ਪੰਜਾਬ ਆਪੋਜੀਸ਼ਨ ਦੇ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ, ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਮੁਤਾਬਕ ਅੱਜ ਜਿਹੜੀ ਹੈ ਟਰੈਕਟਰ ਰੈਲੀ ਕਿਸਾਨਾਂ ਦੇ ਨਾਲ ਕੱਢੀ ਗਈ ਹੈ। ਮੇਰੇ ਵੱਲੋਂ ਅਤੇ ਮੇਰੀ ਪਾਰਟੀ ਵੱਲੋਂ ਜਿੰਨੇ ਵੀ ਮੇਰੇ ਕਿਸਾਨ ਭਰਾ ਨੇ, ਜਿੰਨੇ ਵੀ ਮੇਰੇ ਕਾਂਗਰਸ ਪਾਰਟੀ ਦੇ ਵਰਕਰ ਅੱਜ ਇਕੱਠੇ ਹੋਏ ਆ, ਸਾਰਿਆਂ ਦਾ ਮੇਰੇ ਦਿਲ ਦੀ ਗਹਿਰਾਈਆਂ ਤੋਂ ਥੈਂਕਸ ਔਰ ਨਿੱਘਾ ਸਵਾਗਤ ਹੈ। ਅੱਜ ਜਿਹੜਾ ਦੇਸ਼ ਔਰ ਸੂਬਾ ਹੈ, ਜੋ ਹਾਲਾਤ ਦੇਸ਼ ਦੇ ਚੱਲ ਰਹੇ ਆ, ਬਹੁਤ ਮਾੜੇ ਹਾਲਾਤ ਚੱਲਦੇ ਪਏ ਆ। ਦੇਸ਼ ਦਾ ਕਿਸਾਨ ਅੱਜ ਬਾਰਡਰਾਂ ਦੇ ਉੱਤੇ ਰੋਲੇ ਆ ਔਰ ਜਿਹੜੀ ਸੈਂਟਰ ਸਰਕਾਰ ਹੈ, ਮੋਦੀ ਸਰਕਾਰ ਹੈ, ਇਹ ਹਰ ਗੱਲ ਦੇ ਟੀ ਵੀ 'ਤੇ ਦੇਖੋ ਮੋਦੀ ਗਰੰਟੀ, ਮੋਦੀ ਗਰੰਟੀ। ਅਤੇ ਮੈਂ ਤੁਹਾਡੇ ਚੈਨਲ ਰਾਹੀਂ ਪੁੱਛਣਾ ਚਾਹੁੰਦਾ BJP ਸਰਕਾਰ ਨੂੰ, ਅੱਜ ਜਿਹੜੇ ਸਾਡੇ ਕਿਸਾਨ ਨੇ 2020 ਦੇ ਵਿੱਚ ਇਹਨਾਂ ਨਾਲ ਕਮਿਟਮੈਂਟ ਹੋਈ ਸੀ, ਅੱਜ ਵੀ ਕਿਸਾਨਾਂ ਨੇ ਕਾਫੀ ਲੰਬਾ ਸੰਘਰਸ਼ ਕਰਨ ਤੋਂ ਬਾਅਦ ਫੈਸਲਾ ਹੋਇਆ ਸੀ ਕਿ ਜਿਹੜੇ 3 ਕਾਨੂੰਨ ਹੈ ਇਹ ਰੱਦ ਕੀਤੇ ਜਾਣਗੇ, ਔਰ ਅੱਜ ਤੱਕ ਕੋਈ ਕਾਨੂੰਨ ਰੱਦ ਨਹੀਂ ਕੀਤਾ ਗਿਆ। ਅੱਜ ਫਿਰ ਸਾਡੇ ਕਿਸਾਨ ਜਿਹੜੇ ਆ ਬਾਰਡਰਾਂ ਦੇ ਉੱਤੇ ਆਪਣੀ ਮੰਗ ਮਨਾਉਣ ਵਾਸਤੇ ਉਹ ਦਰਦਾਂ ਦੇ ਧੱਕੇ ਖਾ ਰਿਹਾ। ਕਈ ਤਾਂ ਕਿਸਾਨ ਸਾਡੇ ਸ਼ਹੀਦ ਹੋ ਗਿਆ, ਜਿੱਦਾਂ ਸਾਡਾ ਛੋਟਾ ਭਰਾ ਸ਼ੁਭਕਰਨ, ਉਹਦੇ ਵੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਹੈ। ਮੈਨੂੰ ਬੜੀ ਹੈਰਾਨਗੀ ਹੁੰਦੀ ਹੈ ਜਦੋਂ ਇਹ ਕਹਿੰਦੇ ਆ ਵਨ ਦੇਸ਼ ਅਤੇ ਵਨ ਜੇ ਸੂਬਾ, ਅਤੇ ਫਿਰ ਸਾਰੇ ਕਾਨੂੰਨ ਇੱਕ ਹੈ। ਅਤੇ ਫਿਰ ਜਦੋਂ ਦਿੱਲੀ ਦੇ ਵਿੱਚ ਕਿਸਾਨ ਸਾਡੇ ਜਾ ਰਹੇ ਆ, ਅਤੇ ਹਰਿਆਣਾ ਸਰਕਾਰ ਨੂੰ ਕੀ ਬਿਮਾਰੀ ਹੈ, ਉਹ ਕਿਉਂ ਨਹੀਂ ਉਹਨਾਂ ਨੂੰ ਜਾਣ ਦੇਣ ਦੀ? ਇਸ ਕਰਕੇ ਮੇਰੀ ਬੇਨਤੀ ਹੈ ਸਾਰੇ ਲੋਕਾਂ ਅੱਗੇ, ਹੁਣ ਜਿਹੜਾ ਟਾਈਮ ਹੈ ਉਹ ਤਗੜੇ ਹੋ ਕੇ ਕਾਂਗਰਸ ਪਾਰਟੀ ਦਾ, ਮੈਨੂੰ ਇੱਕੋ ਪਾਰਟੀ ਲੱਗ ਰਹੀ ਹੈ, ਅੱਛੀ ਪਾਰਟੀ ਜਿਹੜੀ ਸਾਰੇ ਧਰਮਾਂ ਨੂੰ, ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਦੀ ਹੈ। ਜਿਹੜਾ ਸਾਡਾ ਦੂਸਰਾ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਬਣਿਆ ਸੀ ਲਾਲ ਬਹਾਦਰ ਸ਼ਾਸਤਰੀ ਜੀ, ਉਹਨਾਂ ਦਾ ਨਾਰਾ ਸੀ ਜੈ ਜਵਾਨ ਜੈ ਕਿਸਾਨ। ਅੱਜ ਹੋ ਕੀ ਰਿਹਾ? ਅੱਜ BJP ਨੇ ਜੈ ਜਵਾਨ ਅਤੇ ਜੈ ਕਿਸਾਨ ਆਹਮਣੇ ਸਾਹਮਣੇ ਕਰਕੇ ਲੜਾਈ ਲਵਾਤੀ ਹੈ। ਅਤੇ ਮੇਰੀ ਸਾਰੇ ਲੋਕਾਂ ਅੱਗੇ ਬੇਨਤੀ ਹੈ, ਤਗੜੇ ਹੋ ਕੇ ਕਿਸਾਨ ਦਾ ਸਾਥ ਦਿਓ, ਦੇਸ਼ ਔਰ ਸੂਬਾ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰੋ। ਬਹੁਤ ਬਹੁਤ ਸਾਰਿਆਂ ਦਾ ਥੈਂਕਸ ਹੈ, ਖਾਸ ਕਰਕੇ ਕਿਸਾਨਾਂ ਦਾ, ਜਿਹੜੇ ਆਪਣੇ ਹਿੱਤਾਂ ਦੇ ਲਈ ਤਗੜੇ ਹੋ ਕੇ ਦੇਸ਼ ਔਰ ਸੂਬੇ ਵਾਸਤੇ ਲੜਾਈ ਲੜ ਰਹੇ ਆ। ਬਹੁਤ ਬਹੁਤ ਸਾਰਿਆਂ ਦਾ ਥੈਂਕਸ ਹੈ। ਜੈ ਢਿੱਲੋਂ ਸਾਹਿਬ, ਤੁਸੀਂ ਕਿਸਾਨ ਆਗੂ ਹੋ, ਤੁਹਾਡੇ ਨਾਲ ਜਿਹੜੀ ਕਾਂਗਰਸ ਪਾਰਟੀ ਅੱਜ ਟਰੈਕਟਰ ਮਾਰਚ ਵੀ ਕੱਢ ਰਹੀ ਹੈ, ਕੀ ਕਹਿਣਾ ਚਾਹੁੰਦੇ ਹੋ ਕਾਂਗਰਸ ਪਾਰਟੀ ਦੇ? ਦੇਖੋ, ਅਸੀਂ ਕਾਂਗਰਸ ਪਾਰਟੀ ਦਾ ਸਵਾਗਤ ਕਰਦੇ ਹਾਂ, ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੋਗਿੰਦਰ ਪਾਲ ਜੀ ਦਾ, ਕਿ ਜਿਨ੍ਹਾਂ ਨੇ ਕਿਸਾਨੀ ਸੰਘਰਸ਼ ਦੇ ਵਿੱਚ ਹਰ ਮੋੜ 'ਤੇ ਸਾਡਾ ਸਾਥ ਦਿੱਤਾ ਹੈ। 21 ਤਰੀਕ ਦੀ
ਸ਼ੁਭ ਕਰਨ ਦੀ ਕਿਸਾਨੀ ਮੋਰਚੇ ਦੇ ਵਿੱਚ ਸ਼ਹੀਦੀ ਹੋਈ ਆ, ਉਹਦੀ ਗੋਲੀ ਲੱਗੀ ਆ, ਗੋਲੀ ਨਾਲ ਉਹਦੀ ਡੈਥ ਹੋਈ ਆ। ਅੱਜ ਤੱਕ ਪੰਜਾਬ ਸਰਕਾਰ ਨੇ ਉੱਥੇ ਪਰਚਾ ਦਰਜ ਨਹੀਂ ਗਾ ਕੀਤਾ ਹੈਗਾ। ਇਸੇ ਸੰਦਰਭ ਦੇ ਵਿੱਚ ਕਾਂਗਰਸ ਪਾਰਟੀ ਨੇ ਪਹਿਲੋਂ ਕੈਂਡਲ ਮਾਰਚ ਵੀ ਕਿਹੜਾ ਸੀ, ਅੱਜ ਟਰੈਕਟਰ ਰੈਲੀ ਦਾ ਇੰਤਜ਼ਾਮ ਕੀਤਾ ਹੈਗਾ। ਅਸੀਂ ਤਹਿ ਦਿਲੋਂ MLA ਸਾਹਿਬ ਦੇ ਧੰਨਵਾਦੀ ਹਾਂ ਕਿ ਇਹ ਕਿਸਾਨੀ ਮੁੱਦੇ ਦੇ ਉੱਤੇ ਜਿੱਥੇ ਵੀ ਕਿਸਾਨਾਂ ਮਜ਼ਦੂਰਾਂ ਦੀ ਗੱਲ ਹੁੰਦੀ ਹੈ ਇਹ ਸਾਡਾ ਸਾਥ ਦੇ। ਨਮਸਕਾਰ। ਦੁਨੀਆ ਦੀ ਬਿਹਤਰੀਨ ਕੈਥ ਲੈਬ ਵਾਈਟ ਮੈਡੀਕਲ ਕਾਲਜ ਐਂਡ ਹਸਪੀਟਲ ਬੁੰਗ ਚ ਅਸਟੈਬਲਿਸ਼ ਹੋ ਗਈ ਹੈ। ਸਿੱਧਾ ਵਾਈਟ ਮੈਡੀਕਲ ਕਾਲਜ ਆਓ, ਇਲਾਜ ਕਰਾਓ। ਸਲਾਹ ਰਿਹਾ ਤੁਹਾਡਾ ਭਰਾ ਤੁਹਾਡੇ ਦੁੱਖ ਸੁੱਖ ਚ ਹਾਜ਼ਰ ਹੈ। ਧੰਨਵਾਦ।